ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਇੱਕ ਬਹੁਤ ਭਰਮਾ ਇਕੱਠ ਬਠਿੰਡੇ ਦੇ ਵਿੱਚ ਕੀਤਾ ਜਾ ਰਿਹਾ, ਲੇਕਿਨ ਉਹਨਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ ਕਿ ਮੇਰੇ ਵਿਰੋਧੀ ਮੇਰੀਆਂ ਜੜ੍ਹਾਂ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਨੇ। ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਦਿਲ ਦੀ ਗੱਲ ਕੀਤੀ ਹੈ, ਕੀ ਕਿਹਾ ਉਸ ਗੱਲ ਦੇ ਵਿੱਚ ਸੁਣੋ ਤੁਸੀਂ ਵੀ। ਵਾਹਿਗੁਰੂ ਦੀ ਕਿਰਪਾ ਨਾਲ 2 ਅਗਸਤ ਵੀਰਵਾਰ ਕੱਲ੍ਹ ਸਵੇਰੇ ਜੋ ਥਰਮਲ ਸਟੇਡੀਅਮ ਆਪਾਂ ਸਿਲੈਕਟ ਕੀਤਾ, ਉੱਥੇ ਅਸੀਂ ਤੁਹਾਡੇ ਸਾਰਿਆਂ ਨੂੰ, ਉੱਥੇ ਪੰਜਾਬ ਦੇ ਅਖਲਾਕੀ ਗੈਰਤਮੰਦ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅਸੀਂ ਆਪ ਸਵਾਗਤ ਕਰਾਂਗੇ, ਉਡੀਕਾਂਗੇ। ਅੱਜ ਮੇਰੇ ਲਾਈਵ ਹੋਣ ਦਾ ਮਕਸਦ ਇਹ ਆ ਕਿ ਪਿਛਲੇ 48 ਘੰਟਿਆਂ ਦੇ ਵਿੱਚ ਬੇਤਹਾਸ਼ਾ ਅਫਵਾਹਾਂ, ਝੂਠ ਔਰ ਗੁੰਮਰਾਹਕੁਨ ਪ੍ਰੋਪੇਗੈਂਡਾ ਸਾਡੇ ਖਿਲਾਫ਼ ਕੀਤਾ ਜਾ ਰਿਹਾ ਆਪਣੇ ਸਾਰੇ ਵਿਰੋਧੀਆਂ ਵੱਲੋਂ, ਔਰ ਉਹਨਾਂ ਦਾ ਪੂਰਾ ਯਤਨ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਕੱਲ੍ਹ ਦਾ ਇਕੱਠ ਆ ਸਾਡਾ, ਇਹ ਫੇਲ ਹੋ ਜਾਵੇ। ਕੋਈ ਅਕਾਲੀਆਂ ਦੇ ਨਾਲ ਗੁਪਤ ਮੀਟਿੰਗਾਂ ਦਾ ਸ਼ਗੂਫਾ ਛੱਡਦਾ ਵਾ। ਅੱਜ ਮੈਨੂੰ ਪਤਾ ਲੱਗਿਆ ਕੁਛ ਲੋਕ ਕਹਿ ਰਹੇ ਨੇ ਕਿ ਇਹ ਜਿਹੜਾ ਅਸੀਂ ਸਟੇਡੀਅਮ ਦੇ ਵਿੱਚ ਇਕੱਠ ਤਬਦੀਲ ਕੀਤਾ ਵਾ ਉਸ ਰਿਜ਼ੋਰਟ ਤੋਂ, ਇਹ ਸਰਕਾਰ ਕਰਵਾ ਰਹੀ ਹੈ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਇੱਥੋਂ ਦੇ ਕਾਰਕੁਨੀਆਂ ਜਿਹੜੇ ਇਲਜ਼ਾਮ ਲਾਉਂਦੇ, ਕੋਈ ਬੈਂਸ ਦੇ ਖਿਲਾਫ਼ ਪ੍ਰੋਪੇਗੈਂਡਾ ਕਰਦਾ, ਕੋਈ ਕਹਿੰਦਾ ਇਹ RSS ਦੇ ਏਜੰਟ ਨੇ, ਕੋਈ ਕਹਿੰਦਾ ਇਹ BJP ਦੇ ਏਜੰਟ ਨੇ, ਕੋਈ ਕਹਿੰਦਾ ਵਾ ਕਿ ਇਹ ਕਾਂਗਰਸ ਦੇ ਏਜੰਟ ਆ। ਪਹਿਲਾਂ ਇਹ ਆਪਸ ਵਿੱਚ ਜਿਹੜੇ ਸਾਡੇ ਵਿਰੋਧੀ ਨੇ ਇਹ ਪਹਿਲਾਂ ਫੈਸਲਾ ਕਰ ਲੈਣ ਕਿ ਅਸੀਂ ਕਿਹਦੇ ਏਜੰਟ ਹਾਂ। ਸਾਡਾ ਇਹ ਮੰਨਣਾ, ਮੇਰੇ ਨਾਲ ਸੰਧੂ ਸਾਹਿਬ ਬੈਠੇ ਨੇ, MLA ਖਰੜ ਖੁਸ਼ਹਾਲਪੁਰ ਜੀ ਬੈਠੇ ਨੇ, ਸਾਡਾ ਇਹ ਮੰਨਣਾ ਕਿ ਅਸੀਂ ਲੋਕਾਂ ਦੇ ਏਜੰਟ ਹਾਂ, ਅਸੀਂ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਚੌਕੀਦਾਰ, ਸੇਵਾਦਾਰ, ਝਾੜੂ ਬਰਦਾਰ ਅਸੀਂ ਉਹ ਹਾਂ। ਔਰ ਅਸੀਂ ਕੱਲ੍ਹ ਜਿਹੜੀਆਂ ਉੱਥੇ ਜੋ ਅਸੀਂ ਗੱਲਾਂ ਕਰਨੀਆਂ ਵਾਂ ਉਹ ਸਾਰੀਆਂ ਪੰਜਾਬ ਦੇ ਹਿੱਤ ਵਿੱਚ ਗੱਲਾਂ ਕਰਨੀਆਂ। ਜੋ ਸਾਡੇ ਨਾਲ ਅਰਸੇ ਤੋਂ ਵਿਤਕਰਾ ਹੋਇਆ, ਜੋ ਸਾਡੇ ਨਾਲ ਧੱਕਾ ਹੋਇਆ, ਔਰ ਇਹਨਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ, ਜਿਹੜੀਆਂ ਰਵਾਇਤੀ ਪਾਰਟੀਆਂ, ਰਵਾਇਤੀ ਲੀਡਰਾਂ ਨੂੰ ਸਭ ਪਤਾ ਵਾ ਕਿ ਜਿਹੜਾ ਇਹ ਉਭਾਰ ਆ ਰਿਹਾ ਥੱਲਿਓਂ, ਇੱਕ ਆਵਾਜ਼ ਉਹਨਾਂ ਨੂੰ ਵੀ ਸੁਣ ਗਈ ਆ। ਸਾਰੇ ਪੰਜਾਬ ਦੇ ਵਿੱਚ ਸ਼ੋਰ ਪਿਆ ਹੋਇਆ ਕਿ ਅਸੀਂ ਹੁੰਮਾ ਕੇ ਆਪਣੇ ਆਪ ਹੀ ਅਸੀਂ ਤੁਹਾਡੇ ਉਸ ਇਕੱਠ ਵਿੱਚ ਪਹੁੰਚ ਰਹੇ। ਇੱਥੋਂ ਘਬਰਾ ਗਏ ਨੇ, ਬੁਖਲਾ ਗਏ ਨੇ, ਡਰ ਗਏ ਨੇ। ਔਰ ਮੈਂ ਤੁਹਾਨੂੰ ਸਿਰਫ ਇਸ ਲਈ ਅੱਜ ਲਾਈਵ ਇਸ ਕਰਕੇ ਹੋਇਆ ਕਿ ਅਗਲੇ ਆਹ ਜਿਹੜੇ 24 ਘੰਟੇ ਨੇ ਇਹਦੇ 'ਚ ਇਹਨਾਂ ਨੇ ਇੱਥੋਂ ਵੀ ਜ਼ਿਆਦਾ ਭੈੜੇ ਇਲਜ਼ਾਮ, ਗੁਬਰਾਕੁਨ ਪ੍ਰੋਪੇਗੈਂਡਾ, ਮੋਰਫਡ ਫੋਟੋਆਂ, ਯੂਨੋ ਝੂਠਾ ਬਣਾ ਕੇ ਕੁਛ ਵੀ ਕਰ ਸਕਦੇ ਆ। ਅੱਜ ਕੱਲ੍ਹ ਇਹ ਯੁੱਗ ਹੈ ਇਸ ਤਰ੍ਹਾਂ ਦਾ, ਔਰ ਕਈ ਤਰ੍ਹਾਂ ਦੇ ਇਲਜ਼ਾਮ ਲਾਉਣਗੇ ਸਿਰਫ ਪੰਜਾਬ ਦੇ ਲੋਕਾਂ ਨੂੰ ਕਿ ਇਹ ਕਿਸੇ ਤਰੀਕੇ ਨਾਲ ਇਸ ਰੈਲੀ 'ਚ, ਇਸ ਇਕੱਠ ਵਿੱਚ, ਇਸ ਕਨਵੈਨਸ਼ਨ ਵਿੱਚ ਪਹੁੰਚ ਨਾ ਸਕਣ। ਅਤੇ ਆਪਣਾ ਸਾਰਿਆਂ ਨੇ ਦ੍ਰਿੜ ਇਰਾਦਾ ਬਣਾਇਆ, ਇੱਥੋਂ ਲੋਕਾਂ ਨੇ ਦਿਲ ਤੋਂ ਇਰਾਦਾ ਬਣਾਇਆ ਵਾ ਕਿ ਅਸੀਂ ਉੱਥੇ ਪਹੁੰਚਣਾ ਹੀ ਪਹੁੰਚਣਾ। ਔਰ ਮੈਂ ਫਿਰ ਦੁਬਾਰਾ ਕਹਿੰਦਾ ਕਿ ਕੁਦਰਤ ਦੀ ਮਿਹਰਬਾਨੀ ਦੇ ਨਾਲ ਸਾਰੇ ਪੰਜਾਬ 'ਚੋਂ ਲੋਕ ਆਪ ਮੁਹਾਰੇ ਆ ਰਹੇ ਨੇ। ਸਾਡੇ ਕੋਲ ਤਾਂ ਸਾਧਨ ਹੀ ਹੈ ਨਹੀਂ ਕੁਛ ਵੀ, ਸਾਡੇ ਕੋਲ ਤਾਂ ਕੋਈ ਨਾ ਕੋਈ ਅਸੀਂ ਕਿਸੇ ਤਰ੍ਹਾਂ ਦਾ ਗੱਡੀ ਮੋਟਰ ਦੇ ਸਕਦੇ ਹਾਂ, ਨਾ ਸਾਡੇ ਕੋਲ ਕੋਈ ਇੱਦਾਂ ਦਾ ਫਾਲਤੂ ਪੈਸਾ ਵਾ ਜਿਹੜੇ ਅਸੀਂ ਇਹਨਾਂ ਵੱਡੀਆਂ ਪਾਰਟੀਆਂ ਵਾਂਗੂ ਅਸੀਂ ਵੱਡੇ ਵੱਡੇ ਜਿਹੜੇ ਇਕੱਠ ਕਰ ਸਕੀਏ। ਔਰ ਇਹ ਕਈ ਤਰ੍ਹਾਂ ਦੇ ਦਿਹਾੜੀਦਾਰ ਲੈ ਕੇ ਆਉਂਦੇ ਨੇ, ਕਈ ਤਰ੍ਹਾਂ ਦੇ ਪੇਡ ਬੰਦੇ ਲੈ ਕੇ ਆਉਂਦੇ ਨੇ, ਲੇਕਿਨ ਜਿਹੜਾ ਕੱਲ੍ਹ ਇਕੱਠ ਹੋਵੇਗਾ ਉਹ ਸਹੀ ਮਹੀਨਿਆਂ ਵਿੱਚ ਪੰਜਾਬ ਦੇ ਲੋਕਾਂ ਦਾ ਇੱਕ ਮਨੋ ਤਨੋ, ਇੱਕ ਜਜ਼ਬੇ ਵਾਲਾ ਇਕੱਠ ਨਜ਼ਰ ਆਊਗਾ ਆਪਾਂ ਨੂੰ। ਸੋ ਇਹ ਜਿਹੜਾ ਵੀ ਪ੍ਰੋਪੇਗੈਂਡਾ ਕਰਨਗੇ, ਪਲੀਜ਼, ਮੈਨੂੰ ਕੱਲ੍ਹ ਕੁਛ ਲੋਕ ਕਹਿ ਰਹੇ ਸੀ ਤੁਸੀਂ ਆਹ ਕਰੋ ਜੀ, ਡਿਨਾਈ ਕਰੋ, ਮੈਂ ਹੁਣ ਪਹਿਲਾਂ ਆਪਣਾ ਕੰਮ ਕਰਾਂ, ਇਕੱਠ ਦੀ ਅਰੇਂਜਮੈਂਟ ਕਰਾਂ, ਲੋਕਾਂ ਦੀਆਂ ਕਾਲ ਸੁਣਾਂ, ਜਾਂ ਆਪਣਾ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਨਾਲ ਮੁਲਾਕਾਤਾਂ ਕਰਾਂ, ਜਾਂ ਮੈਂ ਬਿਲਕੁਲ ਬੇਬੁਨਿਆਦ ਮਨ ਘੜਤ ਇਲਜ਼ਾਮਾਂ ਦਾ ਜਵਾਬ ਦਿਆਂ। ਸੋ ਮੈਨੂੰ ਇਹ ਆਸ ਹੈ, ਮੈਨੂੰ ਪੂਰਨ ਆਸ ਆ ਕਿ ਅੱਜ ਸਭ ਲੋਕਾਂ ਨੂੰ, ਸਾਡੇ ਸਭ 'ਤੇ ਵਿਸ਼ਵਾਸ ਆ ਕਿ ਇਹ ਜੋ ਕੁਛ ਕਰਨ ਜਾ ਰਹੇ ਨੇ ਇਹ ਆਪਣੀ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਕਰਨ ਜਾ ਰਹੇ ਨੇ। ਬਸ ਇਹੀ ਸੁਣਿਆ ਤੁਹਾਨੂੰ ਦੇਣਾ ਸੀਗਾ ਕਿ ਬੀ ਅਵੇਅਰ, ਦੇਰ ਇਜ਼ ਗੋਇੰਗ ਟੂ ਬੀ ਅ ਮਿਲੀਸ਼ੀਅਸ ਕੈਂਪੇਨ ਇਨ ਦ ਨੈਕਸਟ 24 ਆਵਰਸ ਅਗੇਂਸਟ ਅਸ, ਮਿਲੀਸ਼ੀਅਸ ਕੈਂਪੇਨ, ਆਲ ਸੋਰਟਸ ਆਫ ਐਲੀਗੇਸ਼ਨਸ ਕਿ ਇਹਨਾਂ ਨੇ ਉਹ ਕਰਤਾ, ਆਹ ਕਰਤਾ। ਤੁਸੀਂ ਇਹਨਾਂ ਦੀ ਇੱਕ ਨਹੀਂ ਸੁਣਨੀ, ਸੁਣ ਵੀ ਨਹੀਂ ਰਹੇ ਤੁਸੀਂ, ਮੈਂ ਤੁਹਾਡਾ ਰੁਝਾਨ ਦੇਖ ਰਿਹਾ ਸੋਸ਼ਲ ਮੀਡੀਆ 'ਤੇ, ਕਿਸੇ ਨੇ ਨਹੀਂ ਸੁਣਿਆ, ਸਭ ਨੇ ਠੋਕਵੇਂ ਜਵਾਬ ਦਿੱਤੇ ਨੇ। ਸੋ ਇਹ ਸਾਰਾ ਤੁਸੀਂ ਧਿਆਨ ਰੱਖਣਾ। ਦੂਜਾ NRIs ਦਾ ਮੈਂ ਦੇਣ ਨਹੀਂ ਦੇ ਸਕਦਾ, ਮੈਂ ਦੁਬਾਰਾ ਕਹਿ ਰਿਹਾ, ਮੇਰਾ ਖਿਆਲ ਹੈ ਕਿ ਅਨਸਟੋਪੇਬਲ ਟੈਲੀਫੋਨ ਮੇਰਾ ਚੱਲਿਆ ਪਿਛਲੇ 4 ਦਿਨ ਤੋਂ, ਔਰ ਲੋਕਾਂ ਨੇ ਸਭ ਕੰਮ ਛੱਡ ਕੇ ਬਾਹਰ ਚੰਗੇ ਚੰਗੇ ਬੰਦਿਆਂ ਨੇ, ਪੜ੍ਹੇ ਲਿਖਿਆ ਨੇ, ਹਰ ਕਿਸਮ ਦੇ ਬੰਦਿਆਂ ਨੇ ਸਾਡੀ ਇਮਦਾਦ ਦਾ ਵਾਅਦਾ ਦਿੱਤਾ। ਆਪਣੇ ਆਪਣੇ ਪਿੰਡਾਂ 'ਚ ਉਹਨਾਂ ਨੇ ਕਾਲਸ ਕਰਤੀਆਂ ਕਿ ਤੁਸੀਂ
ਵਹੀਕਲਸ ਲਵੋ, ਆਪਣੇ ਖਰਚ ਦੇ ਆਪ ਐਨ ਆਰ ਆਈਜ਼ ਜਿਹੜੇ ਨੇ ਉਹ ਭੇਜ ਰਹੇ ਨੇ। ਮੈਂ ਇਹ ਚਾਹੁੰਦਾ ਵਾਂ ਕਿ ਇਕੱਠ ਇਸ ਤਰ੍ਹਾਂ ਦਾ ਇੱਕ ਰਿਪ੍ਰੈਜੈਂਟੇਟਿਵ ਕਰੈਕਟਰ ਹੋਵੇ ਕਿ ਸਾਰੇ ਪੰਜਾਬ ਦੇ ਵਿੱਚ ਲੋਕ ਆਉਣ। ਲਗਭਗ 13,000 ਪਿੰਡ ਆ, ਹਰ ਪਿੰਡ 'ਚੋਂ ਇੱਕ ਗੱਡੀ ਨਿਕਲਣੀ ਚਾਹੀਦੀ, ਜੋ ਸਾਡਾ ਜੋ ਮੈਂ ਮਹਿਸੂਸ ਕਰ ਰਿਹਾ। ਅਗਰ ਹਰ ਪਿੰਡ 'ਚੋਂ ਇੱਕ ਗੱਡੀ ਵੀ ਆਉਂਦੀ ਆ ਤਾਂ ਫਿਰ ਸਾਰਾ ਪੰਜਾਬ ਸਾਡੇ ਨਾਲ ਕੱਲ੍ਹ ਉੱਥੇ ਮਿਲ ਬੈਠੇਗਾ, ਜੁੜੇਗਾ। ਔਰ ਇਹ ਯਕੀਨ ਰੱਖਣਾ ਕਿ ਅਸੀਂ ਪੰਜਾਬ ਦੇ, ਕੇਵਲ ਪੰਜਾਬ ਦੇ, ਆਪਣੇ ਸੂਬੇ ਦੇ, ਆਪਣੇ ਲੋਕਾਂ ਦੇ, ਔਰ ਹਰ ਵਰਗ ਦੇ ਲੋਕਾਂ ਦੇ ਮਾਇੰਡ 'ਚੋਂ ਕਦੀ ਇਹ ਨਾ ਤੁਸੀਂ ਆਪਣੇ ਦਿਲ 'ਚ ਧਿਆਨ ਲਿਆਉਣਾ ਕਿ ਅਸੀਂ ਜਿਹੜੇ ਲੋਕ ਹਾਂ ਕਿ ਅਸੀਂ ਇੱਕ ਇੱਕ ਵਿਸ਼ੇਸ਼ ਵਰਗ ਦੇ ਲੋਕਾਂ ਨੂੰ, ਅਸੀਂ ਸਭ ਦੇ ਸੇਵਾਦਾਰ ਹਾਂ, ਅਸੀਂ ਸਭ ਦੇ ਚੌਕੀਦਾਰ ਹਾਂ, ਅਸੀਂ ਗਰੀਬ ਤੋਂ ਗਰੀਬ ਦੇ ਨਾਲ ਹਾਂ, ਅਸੀਂ ਹਰ ਵਰਗ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਕਿ ਅਸੀਂ ਤੁਹਾਡੇ ਵਾਸਤੇ ਕੰਮ ਕਰਾਂਗੇ ਆਉਣ ਵਾਲੇ ਸਮੇਂ 'ਚ। ਸੋ ਮੇਰੀ ਬੇਨਤੀਆਂ ਇੰਨੀਆਂ ਕਿ ਇੱਕ ਤਾਂ ਕਿਸੇ ਪ੍ਰੋਪੀਗੈਂਡੇ 'ਚ ਨਹੀਂ ਆਉਣਾ, ਅਤੇ ਇੱਕ NRIs ਨੇ ਆਪਣੇ ਲਾਸਟ ਮਿਨਟ ਐਫਰਟਸ ਕਰਕੇ ਪਿੰਡਾਂ ਦੇ ਵਿੱਚ ਸੁਣੇ ਲਾਉਣੇ ਆ। ਅਤੇ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਕੰਵਰ ਸੰਧੂ ਸਾਹਿਬ MLA ਖਰੜ ਨੂੰ ਕਿ ਜਿਨ੍ਹਾਂ ਨੇ ਬਹੁਤ ਤਨਦੇਹੀ ਦੇ ਨਾਲ, ਅੱਜ ਦੇ ਨਹੀਂ 40-45-50 ਸਾਲ ਦੇ ਕਲਮ ਦੇ ਰਾਹੀਂ ਸਾਡੇ ਸੂਬੇ ਦੀ, ਸਾਡੇ ਲੋਕਾਂ ਦੀ ਬੜੀ ਜਿਹਨੂੰ ਕਹਿੰਦੇ ਆ ਕਿ ਗੈਰਤ ਨਾਲ ਸੇਵਾ ਕੀਤੀ ਆ। ਬਹੁਤ ਕੁਛ ਇਹਨਾਂ ਨੇ ਇਸ ਅਰਸੇ ਵਿੱਚ ਗਵਾਇਆ, ਲੇਕਿਨ ਨਾਮ ਜ਼ਰੂਰ ਕਮਾਇਆ ਤੁਹਾਡੇ ਕਰਕੇ। ਬਿਲਕੁਲ ਜੀ ਬਿਲਕੁਲ, ਇਹ ਵਿਰੋਧੀਆਂ ਨੂੰ ਵੀ ਚਾਹੀਦਾ ਕਿ ਸੋਚ ਸਮਝ ਕੇ ਆਪਣੇ ਬਿਆਨਬਾਜ਼ੀ ਕਰਨ, ਕਿਉਂਕਿ ਰਾਜਨੀਤੀ ਹੈ। ਜੇ ਅੱਜ ਅੱਪ ਹੈ ਤਾਂ ਕੱਲ੍ਹ ਨੂੰ ਡਾਊਨ ਹੈ, ਇਹ ਸਾਰਾ ਹੀ ਕੁਛ ਤੁਹਾਨੂੰ ਵੀ ਸਭ ਪਤਾ ਹੀ ਹੈ। ਆਖਰ ਸੁਖਪਾਲ ਸਿੰਘ ਖਹਿਰਾ ਜਿਹੜਾ ਬਠਿੰਡੇ ਦੇ ਵਿੱਚ ਇਕੱਠ ਕਰ ਰਹੇ ਨੇ, ਉਸ ਦਾ ਮੇਨ ਮਕਸਦ ਕੀ ਹੋ ਸਕਦਾ ਹੈ? ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਰ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।